राम रहीम जेल चो बाहर आया परोल ते कि मैं देख रही हूँ। नहीं देखो जी, जो महापुरुष ने वो सभी आ किसी की बुराई नहीं कर सकते। नहीं, जो मालिक दे नाम किसी नु जान देता है। हां जी हां जी, जानते हैं। ਤੁਹਾਨੂੰ ਚੰਗਾ ਲੱਗਦਾ ਉਹ? ਨਹੀਂ ਦੇਖੋ, ਸਾਰੀ ਵਧੀਆ, ਕੋਈ ਵੀ ਮਾਡਰ ਨਹੀਂ ਹੈ। ਰੇਪਿਸਟ ਆ ਉਹ ਬੰਦਾ, ਉਹ ਕਤਲ ਦੇ ਕੇਸ ਦੇ ਵਿੱਚ ਅੰਦਰ ਗਿਆ, ਰੇਪ ਕਰਕੇ ਸਾਧਵੀਆਂ ਦਾ। ਆਪਾਂ ਅਸੀਂ ਰੱਬ ਨੂੰ, ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਲਿਆ ਜੀ। ਜੋ ਸਜ਼ਾ ਦੇਗਾ ਉਹ ਮਾਲਕ ਦਿੰਦਾ, ਹਨਾ, ਪਰਮਾਤਮਾ। ਜੋ ਬਾਕੀ ਕਾਨੂੰਨ ਬਣੇ ਨੇ ਉਹ ਦਿੰਦਾ, ਤੇ ਆਪਾਂ ਇਸ ਦਾ ਬੁਰਾਈ ਕਰ ਹੀ ਨਹੀਂ ਸਕਦੇ। ਖੌਰੇ ਕੋ ਤੇਰੀ ਜ਼ੁਬਾਨ ਨਹੀਂ ਖੁੱਲੀ, ਰਿਪੋਰਟਰ ਕੁੜੀ ਨੇ ਤਾਂ ਫਿਰ ਵੀ ਬੰਦੀ ਸਿੰਘਾਂ ਦੀ ਗੱਲ ਕਰਤੀ। ਕਾਤਲ ਤੇ ਰੇਪੈਸਟ ਕਦੇ ਮਹਾਪੁਰਸ਼ ਨਹੀਂ ਹੁੰਦਾ, ਜਿਹੜਾ ਔਖਾ ਹੁੰਦਾ ਹੋਈ ਜਾਵੇ। ਕੱਤੀ ਮਾਂ ਨੇ ਤਾਂ ਸੱਚ ਵਾਲੀ ਲੀਕ ਤੇ ਉਂਗਲ ਧਰਤੀ। ਸਾਡੇ ਬੰਦੀ ਸਿੰਘ ਵੀ 27 ਸਾਲਾਂ ਤੋਂ ਕਿੰਨੀਆਂ ਸਜਾਵਾਂ, ਟਾਈਮ ਵੀ ਪੂਰਾ ਹੋ ਗਿਆ, ਹੁਣ ਉੱਥੇ ਬੈਠੇ ਸਾਨੂੰ ਤਾਂ ਰਿਹਾ ਕਰਦੇ ਨਹੀਂ ਆ, ਸਾਨੂੰ ਕੋਈ ਰਿਸਪੌਂਸ ਨਹੀਂ ਦਿੰਦੇ। ਤੇ ਉਹ ਰਾਮ ਰਹੀਮ 30 ਮਹੀਨਿਆਂ 'ਚ ਤੁਸੀਂ ਦੇਖ ਲਓ ਵੀ 8 ਵਾਰ ਆ ਗਿਆ ਤੇ ਹੁਣ ਫੇਰ ਆ ਗਿਆ। ਦੇਖੋ ਜੀ, ਅਸੀਂ ਕਿਸੇ ਨਹੀਂ, ਦੇਖੋ ਕਿਸੇ ਮਹਾਂਪੁਰਸ਼ਾਂ ਦੀ ਅਸੀਂ ਵੀ ਇਹ ਨਹੀਂ।